ना तू सही करते हो ना तेरे को खाना नहीं है कुछ हाँ कहना ना तू मैंने मर कुछ जा। भी दे। अब दे मोटरसाइकिल ध्यान देती मोटरसाइकिल तो सारे पे तो चलना पैंदा यार, गरीबी बहुत भैड़ी चीज है। अज जी सानू सारिआं नूं इक खिडारी नाल मिलाउणा है जिहदे हालात देख के हाल देख के खिडारी देख के ना तुहाडा रोना आ जाऊगा, तुहाडा रोना रुकना नहीं, इह चीज दी मेरी गरंटी है। ते आ सामने बैठे अपने खिडारी इहदे नाल तुहाडी मैं सारी गल्लबात कराउणा। ते बाई दा पिंड पखड़ियाल है, जिला मानसा है, तहसील बलाड़ा है, पंजाब दे विच बिलोंग करदा है, साडे पिंड है। ते सरजीत बाई दा नां है। ते हालात इन्ने माड़े ने पर बाई कहना मैं फिर भी खेडना नहीं छड्डना, चाहे मेरी जिंदगी खत्म हो जाए, चाहे मेरे कोले कुछ भी ना रहे। वैसे अज तुहानू दस्सांगे वी इहदे कोले की है की इहदे पल्ले हुण रहे, पर खेडना फिर भी नहीं छड्डिया। ते सारी गल्लबात बाई शॉर्ट दे विच समझा। इह बंदे दे दोनों बाहां ते सट्टां लगियां, ठीक है, ते दिहाड़ी करदा इह बेचारा, ते जिन्नी कि इह कमाउंदा ते उन्ने कि इह खा लैंदा, ते मेहनत करदा कबड्डी नाले दा इश्क। मैं कहना वी यार बा कमाल है, आपां तां वी बहुत टाइम तों देखदे आ रहे। किन्ना टाइम हो गया बाई तैनूं कबड्डी खेडदे? 16 साल 15-16 साल हो गए। 15-16 साल हो गए, ते मैनूं लगदा 62 किलो दा ते 2008 पैंठ किलो दा मैनूं लगदा वी काफी तकड़ा खिडारी रहा है सरजीत पखड़ियाल। 2008 च मैं पहली पता 2004 च पहली ट्रॉफी मेरे को हजे भी पई है। टुट जिहड़ी पहली हाँ पहली जित्ती सीगी, टुट भी टुट्टी भी पई है, ठीक है, मैं दोबारे फिर भी कुकना जोड़ के फिर जोड़ के रख ली भी है, पहली है। हाँ ठीक है, बंदे कोले इनाम भी बहुत पए है ना जिहड़े दित्ते आ लोकां ने, सम्मान चिन्ह जो भी मिलदे आ क्लबां वल्लों। पर मेरी बेनती इह है यार वी खिडारियां नूं सांभिया नहीं जा रिहा, ठीक है ना। ਜਿਹੜੇ ਬੰਦੇ ਦੀ ਹੈਲਪ ਹੋਣੀ ਚਾਹੀਦੀ ਹੈ ਉਹਦੀ ਹੁੰਦੀ ਨਹੀਂ ਹੈਗੀ, ਤੇ ਜਿੰਨੇ ਵੀ ਭਰਾ ਸਾਨੂੰ ਪਿਆਰ ਕਰਦੇ ਆ ਜਾਂ ਦੇਖਦੇ ਆ ਵੀ ਇਹ ਬੰਦੇ ਦੀ ਯਾਰ ਤੁਸੀਂ ਮਦਦ ਕਰੋ, ਇਹ ਹੀਰਾ ਬੰਦਾ, ਠੀਕ ਹੈ, ਇਹ ਕਰਕੇ ਦਿਖਾ ਸਕਦਾ ਕੁਛ। ਜਿਹੜਾ ਵੀ ਕੋਈ ਬੰਦਾ ਇਹਤੇ ਪੈਸਾ ਲਾਊਗਾ ਨਾ ਉਹਦਾ ਮੁੱਲ ਮੋੜ ਦੂਗਾ ਇਹ। ਜਿਹੜਾ ਬੰਦਾ ਉਹਦੀ ਦਿਹਾੜੀ ਕਰਦਾ, ਠੀਕ ਹੈ, ਆਹ ਸਾਰਾ ਸੀਜ਼ਨ ਝੋਨਾ ਲਾਇਆ, ਹਾਂ ਇਹ ਬਾਹਾਂ ਕਿਵੇਂ ਟੁੱਟ ਗਈਆਂ? ਇਹ ਝੋਨਾ ਲਾਉਣ ਤੋਂ ਬਾਅਦ ਬਸ 3 ਕਿ ਦਿਨੇ ਹੋਏ ਤਿਆਰੀ ਲਾਉਣ ਦੇ, 3 ਦਿਨ ਤਿਆਰੀ ਲਾਉਂਦੇ, ਹਾਂ ਤੀਜੇ ਦਿਨ ਸੱਟ, ਤੀਜੇ ਦਿਨ ਸੱਟ। ਘਰੇ ਕੋਈ ਰੁਜ਼ਗਾਰ ਦਾ ਕੋਈ ਸਾਧਨ ਇਹਦੇ ਕੋਲੇ ਹੈ ਨਹੀਂ, ਠੀਕ ਹੈ, ਤੇ ਵੀ ਮੰਨ ਕੇ ਚੱਲ ਇਹਨੇ ਪਹਿਲਾਂ ਵੀ ਕਈ ਵਾਰੀ ਕਿਹਾ ਹੈ ਨਾ ਵੀ ਬਹੁਤ ਔਖਾ ਯਾਰ ਬੰਦਾ, ਠੀਕ ਹੈ, ਤੇ ਮੇਰੀ ਬੇਨਤੀ ਇਹ ਹੈ ਯਾਰ ਵੀ ਮਗਰੋਂ ਕੋਸਾਂ ਨਾਲੋਂ ਹਨਾ, ਤੇ ਜੇ ਪਹਿਲਾਂ ਬੰਦੇ ਜਿਉਂਦੇ ਨੂੰ ਸਾਂਭਿਆ ਜਾਵੇ ਉਹਦੇ ਵਰਗੀ ਰੀਸ ਨਹੀਂ, ਠੀਕ ਹੈ। ਤੇ ਜਿੰਨੇ ਵੀ ਭਰਾ ਆਪਾਂ ਨੂੰ ਜਾਣਦੇ ਵੀ ਬਾਈ ਦੀ ਯਾਰ ਮਦਦ ਕਰੋ ਜ਼ਰੂਰ, ਕਿਉਂਕਿ ਤੇ ਕਿੰਨਾ ਕੁ ਖੇਡ ਲੇਗਾ ਜੇ ਤੇਰੇ ਤੇ ਕੋਈ ਬੰਦਾ ਪੈਸਾ ਲਾਉਂਦਾ ਹੈ ਨਾ, ਤੈਨੂੰ ਕੋਈ ਹੈਲਪ ਕਰਦਾ, ਠੀਕ ਹੈ, ਉਹਦਾ ਮੁੱਲ ਮੋੜ ਕੇ ਦਿਖਾਵੇਂਗਾ? ਹਾਂ ਮੋੜਦਾ ਬਾਈ ਯਾਰ, ਨਜ਼ਰ ਦੇਖੋ ਇਹਦੀ ਮਿਹਨਤ ਦੀ ਨਾ ਸਾਰਾ ਪਿੰਡ ਹਾਮੀ ਭਰਦਾ, ਠੀਕ ਹੈ ਜੀ, ਸਾਰਾ ਪਿੰਡ ਕਿਤੋਂ ਮਰਜ਼ੀ ਪੁੱਛ ਲਿਓ, ਕੋਈ ਬੰਦਾ ਨਸ਼ੇ ਪੱਤੇ 'ਚ ਨਹੀਂ, ਕੋਈ ਹੋਰ ਨਹੀਂ। ਆਪਾਂ ਪਹਿਲੀ ਗੱਲ ਤਾਂ ਕਿਸੇ ਦੀ ਅਸੀਂ ਇੱਦਾਂ ਦੀ ਵੀਡੀਓ ਨਾ ਪਾਈ ਨਾ ਹੀ ਅਸੀਂ ਪਾਉਂਦੇ। ਤੇ ਦੂਜੀ ਗੱਲ ਦੁਕਾਨ ਬਾਰੇ ਵੀ ਦੱਸੋ ਭਾਈ, ਦੁਕਾਨ ਨਾਲ ਆਪਦਾ ਟਾਈਮ ਪਾਸ। ਸਰ ਇਹਦਾ ਵਾਲ ਕਟਿੰਗ ਦੀ ਇਹਦੀ ਦੁਕਾਨ ਆ, ਜਿਹੜੇ ਤਾਂ ਆਪਦਾ ਕੱਟ ਬਸ ਕਟਿੰਗ ਤਾਂ ਮੈਂ ਯਾਰ ਖੁੱਲੀ ਤਾਂ ਘੱਟ ਹੀ ਦੇਖਦਾ ਦੁਕਾਨ, ਕਿਉਂਕਿ ਜਾ ਇਹ ਕਿਸੇ ਨਾਲ ਖੇਡਣ ਜਾ ਰਹੇ ਹੁੰਦੇ ਇਹਨੂੰ ਜਿਹੜੀਆਂ ਟੀਮਾਂ ਬਾਹਰ ਦੀਆਂ ਲੈ ਕੇ ਜਾਂਦੀਆਂ ਖੇਡਣ, ਠੀਕ ਆ, ਉਹ ਆਪਦਾ ਫਾਇਦਾ ਚੱਕਦੀਆਂ ਹਰੇਕ ਟੀਮਾਂ। ਅਗਲੇ ਨੂੰ ਬੰਦਾ ਚਾਹੀਦਾ ਬਾਈ ਜਿਹੜੇ ਨੂੰ ਤਜਰਬੇ ਵਾਲਾ ਬੰਦਾ ਚਾਹੀਦਾ, ਠੀਕ ਹੈ, ਤੇ ਇਹ ਜ਼ੋਰ ਦੇ ਵਿੱਚ ਜਿਹੜੀ ਗੱਲ ਕਮੀ ਆ ਰਹੀ ਹੈ ਵੀ ਮਾਸ ਢਿੱਲਾ ਜਿਹੜਾ ਜਿੱਥੋਂ ਹੋਣੀ ਚਾਹੀਦੀ ਹੈ ਨਾ ਚੀਜ਼, ਉਹ ਚੀਜ਼ ਨਹੀਂ ਹੈਗੀ। ਤੇ ਕੀ ਲੱਗਦਾ ਬਈ ਅੱਗੇ ਤੱਕ ਤੂੰ ਹੁਣ ਕਿੰਨਾ ਚਿਰ ਖੇਡ ਪਾਵੇਂਗਾ? ਖੇਡਣਾ ਹੈ ਬਈ 5 ਸਾਲ ਹੋਰ। 5 ਸਾਲ ਹੋਰ ਖੇਡੇ, ਭਾਵੇਂ ਕੋਈ ਮਦਦ ਕਰੇ ਭਾਵੇਂ ਨਾ, ਐ ਦਲੇਰ ਆ ਯਾਰ, ਹੌਸਲਾ ਬਹੁਤ ਵੱਡਾ। ਕਹਿੰਦਾ ਮੇਰੇ ਅੰਦਰ ਕੀੜਾ ਹੈ ਖੇਡਣ ਦਾ, ਕੀੜਾ ਹੈ। ਤੇ ਮੈਨੂੰ ਜਦੋਂ ਨਾ ਪਹਿਲਾਂ ਕੈਮਰੇ ਤੇ ਅਸੀਂ ਗੱਲ ਕਰ ਰਹੀ, ਕਹਿੰਦਾ ਬਈ ਮੈਂ ਜਿੰਨਾ ਚਿਰ ਮਰਦਾ ਨਹੀਂ ਮੈਂ ਖੇਡਣ ਨਹੀਂ ਹੱਟਦਾ, ਬਾਹਾਂ ਟੁੱਟ ਗਈਆਂ ਪਰ ਹੌਸਲੇ ਬੁਲੰਦ ਨੇ, ਠੀਕ ਹੈ, ਘਰੇ ਭਾਵੇਂ ਆਟਾ ਨਹੀਂ ਕੋਈ ਚੱਕਰ ਨਹੀਂ, ਕਹਿੰਦਾ ਪਰ ਉਹੀ ਗੱਲ ਵਾਂਗੂ ਕਿਸੇ ਚੀਜ਼ ਦਾ ਘਾਟਾ ਨਹੀਂ, ਠੀਕ ਹੈ। ਤੇ ਗੱਲ ਇਹ ਹੈ ਤੈਨੂੰ ਸਫਲਤਾ ਕਿਉਂ ਨਹੀਂ ਮਿਲ ਪਾਈ ਵੀ ਇੰਨਾ ਟਾਈਮ ਹੋ ਗਿਆ? ਸਫਲਤਾ ਬਾਈ ਜਦੋਂ ਧਨਪੜਿਆਂ ਨਾਲ ਖੇਡਿਆ ਉਦੋਂ ਤਾਂ ਮੈਂ 62 ਕਿਲੋ ਵਧੀਆ ਖੇਡਿਆ, ਉਦੋਂ ਬਾਅਦ ਜਦੋਂ ਉਹ ਆਪ ਹਟ ਕੇ ਖੇਡਣੋਂ ਮੈਨੂੰ ਖੁਰਾਕ ਨਹੀਂ ਮਿਲੀ, ਉਹਨਾਂ ਨੇ ਫ੍ਰੀ ਮੈਨੂੰ ਖੁਰਾਕ ਖਵਾਈ ਤੀ, ਬਾਅਦ ਸਾਲ ਕੁ ਲਾ ਲਓ, 2 ਸਾਲ ਲਾ ਲਓ, 3 ਸਾਲ ਲਾ ਲਓ, ਉਹਨਾਂ ਨੇ ਤਕੜਾ ਖੇਡਿਆ, ਜਦੋਂ ਮੈਨੂੰ ਖੁਰਾਕ ਨਹੀਂ ਮਿਲੀ ਮੁੜ ਕੇ ਬਸ ਫਿਰ ਦੇ ਸਿਹਤ ਨੂੰ ਖੁਰਾਕ ਹਾਂ ਬਸ ਸਰੀਰ ਮਿਹਨਤ ਦਾ ਵੀ ਨਹੀਂ ਟਾਈਮ ਲੱਗਦਾ, ਬਸ ਉਹੀ ਵੀ ਗਰੀਬੀ ਆ ਗਈ, ਜੋ ਮਿਹਨਤ ਦਾ ਟਾਈਮ ਹੁੰਦਾ ਉਹ ਦਿਹਾੜੀ ਤੇ ਜਾਂ ਜਾਂ ਦੁਕਾਨ ਤੇ, ਪਰ ਜਦੋਂ ਤੈਨੂੰ ਟਾਈਮ ਮਿਲਦਾ ਮਿਲਦਾ ਉਦੋਂ ਤੂੰ ਖੇਡ। ਹਾਂ ਮੈਂ ਜਾਂਦਾ ਜਾਂ ਜਾਨੀ ਜਾਂਦਾ, ਠੀਕ ਹੈ, ਚੇਕੋ ਸੋ। ਹਾਂ ਵੀ ਐ ਪਰ ਤਾਂ ਪੜਾਇਆ ਮੈਂ ਗੁਨੀਆ ਵੀ ਲਗਾਤਾਰ ਵੀ ਮਿਹਨਤ ਲੱਗ ਜੇ ਬੰਦਾ ਵੀ ਮਿਹਨਤ ਹੋ ਜੇ ਵੀ ਮੈਨੂੰ ਬਸ ਦੇ 2 ਘੰਟੇ ਜਾਂ ਬਿਜਲੀ 2 ਦਿਨ ਤਿਆਰੀ ਮਿਲਦੀ ਹੈ ਵੀ ਲਗਾਤਾਰ ਨਹੀਂ ਤਿਆਰੀ ਨਹੀਂ ਮਿਲਦਾ। ਤੇ ਪਹਿਲਾਂ ਨਾਲੋਂ ਹੁਣ ਕਿੰਨਾ ਕੁ ਫਰਕ ਪਿਆ ਗਰਾਊਂਡ 'ਚ? ਉਦੋਂ ਤਾਂ ਤੂੰ ਬੜਾ ਚੰਗੇ ਤੇਰੇ ਡੌਲੇ ਸੀਗੇ, ਮੈਂ ਤੈਨੂੰ ਖੇਡਦੇ ਨੂੰ ਦੇਖਿਆ, ਤੇ ਹੁਣ ਮੰਨ ਕੇ ਚੱਲ ਹੁਣ ਦੇ ਸਮੇਂ ਨੂੰ ਕਿਵੇਂ ਕੰਪੈਰੀਜ਼ਨ ਕਰਦਾ? ਜਿਉਂ ਜਿਉਂ ਸਮਾਂ ਟੱਪੀ ਜਾਂਦਾ ਹੁਣ ਤਾਂ ਦੂਜੇ ਮਾੜੇ ਦੀ ਜਿਹੜੇ ਤੇਰੇ ਨਾਲੋਂ ਮੈਨੂੰ ਲੱਗਦਾ ਉਹ ਵੀ ਤਕੜੇ ਹੋ ਗਏ, ਭਗਾ ਕੇ ਮਾਰਦੇ ਹੋ। ਹਾਂ ਬਹੁਤ ਇਹੋ ਜਿਹੇ ਖਿਡੇਰੀ ਨੇ ਜਿਹਨਾਂ 62 ਕਿਲੋ ਜਿਹੜੇ ਮੈਂ ਹਰਾਏ ਨੇ, ਅੱਜ ਕਈ ਕਈ ਮੋਟਰਸਾਈਕਲ ਜਿੱਤੀ ਖੜੇ ਨੇ, ਕਈ ਬਾਰੇ ਵੀ ਜਾ ਰਹੇ ਨੇ ਅੱਜ ਦੇ ਟਾਈਮ ਵੀ ਸਰਜੀਤ ਤਾਂ ਫਿਰ ਉੱਥੇ ਕਈ ਖਿਡੇਰੀ ਇਹੋ ਜਿਹੇ ਵੀ ਨੇ ਜਿਹੜੇ ਕੀ ਕਾਰਨ ਮੰਨਦੇ ਨੇ ਜਿਹੜੇ ਐ ਕਹਿੰਦੇ ਵੀ ਤੂੰ ਵੀ ਤੇਲ ਪਾਣੀ ਸਾਡਾ ਵੀ ਸਾਨੂੰ ਨਾਲ ਲੈ ਜਾ ਖੇਡਣ ਨੂੰ, ਉਹਨਾਂ ਨਾਲ ਵੀ ਲਿਆਂਦਾ ਰਹਿੰਦਾ, ਫਿਰ ਬਸ ਉਹ ਅੱਗੇ ਨੇ ਮੈਂ ਪਿੱਛੇ, ਬਸ ਮੇਰੀ ਗਰੀਬੀ ਲਾ ਲੈ, ਗਰੀਬੀ ਗਰੀਬੀ ਕਰਕੇ ਸਾਰਾ ਕੁਝ ਬਣ ਕੇ ਚੱਲ ਵੀ ਪਿੱਛੇ ਰਹਿ ਗਿਆ। ਦੇਖੋ ਯਾਰ ਵੀ ਬੰਦਾ ਆਪਦਾ
ਤਿਆਰੀ ਵੀ ਲਾ ਰਿਹਾ, ਪਰਿਵਾਰ ਵੀ ਪਾਲਦਾ, ਹੋਰ ਕੋਈ ਰੁਜ਼ਗਾਰ ਦਾ ਵੀ ਕੋਈ ਵਾਲਾ ਵੱਡਾ ਸਾਧਨ ਨਹੀਂ ਹੈਗਾ। ਦੁਕਾਨ ਦੇ ਸਿਰ ਤੇ ਕਿੰਨੇ ਕੁ ਪੈਸੇ, 100-200 ਬੰਦਾ ਕਮਾਉਂਦਾ, ਉਹਦੇ ਨਾਲ ਤਾਂ ਕੁਛ ਬਣਦਾ ਨਹੀਂ ਨਾ, ਛੋਟਾ ਜਿਹਾ ਪਿੰਡ ਆ, ਬੱਚੇ ਨੇ ਯਾਰ, ਬੰਦਾ ਤਿਆਰੀ ਲਾਉਣ ਦਾ ਟਾਈਮ ਕੱਢੂਗਾ ਜਾਂ ਦੁਕਾਨ ਚਲਾਊਗਾ ਜਾਂ ਪੈਸਾ ਲਾਊ ਫਰਾਂ। ਮੇਰੀ ਤਾਂ ਯਾਰ ਇਹੀ ਬੇਨਤੀ ਆ ਸਾਰਿਆਂ ਨੂੰ, ਜਿੰਨੇ ਵੀ ਦੇਖਦੇ ਹੋ ਭਰਾ ਬਣ ਕੇ, ਵੀ ਇਹ ਬੰਦੇ ਦੀ ਮਦਦ ਕਰੋ ਯਾਰ। ਜਿਵੇਂ ਬਾਈ ਇੰਦਰਜੀਤ ਨਿੱਕੂ ਦੀ ਸਾਰਿਆਂ ਨੇ ਮਦਦ ਕਰੀ ਹੈ ਨਾ, ਬਾਹ ਫੜੀ, ਇਹ ਵੀ ਇੱਕ ਹੀਰਾ ਵੇਖ ਹੀਰਾ ਯਾਰ ਬਹੁਤ ਠੀਕ ਹੈ, ਇਹਨਾਂ ਨੂੰ ਥੋੜੀ ਜੀ ਬਸ ਮਦਦ ਦੀ ਲੋੜ, ਮਦਦ ਦੀ ਲੋੜ, ਜੇ ਕਿਸੇ ਨੇ ਬਾਹ ਫੜੀ ਬਈ ਇੱਕ ਅੱਗੇ ਲੰਘ ਜਾਓ। ਆ ਭੁੰਦੜ ਟੂਰ ਕੈਂਪ ਲੱਗਿਆ ਸੀ ਹੁਣ, ਸਾਰੇ ਮੁੰਡੇ ਉਹਦੇ ਮੋਟਰਸਾਈਕਲ ਤੇ ਆਉਂਦੇ ਸੀ, ਮੋਟਰਸਾਈਕਲ ਤੇ ਚੱਲ ਰੋ ਨਾ ਯਾਰ, ਕੋਈ ਗੱਲ ਨੀ, ਅਸੀਂ ਜਿੰਨਾ ਵੀ ਹੋ ਸਕਿਆ ਹਨਾ ਅਸੀਂ ਕੋਈ ਗੱਲ ਨੀ ਮਦਦ ਕਰਾਂਗੇ ਤੇਰੀ ਭਰਾ, ਠੀਕ ਹੈ। ਕਹਿੰਦਾ ਮੈਂ ਯਾਰ ਕਦੇ ਸਾਈਕਲ ਮੰਗ ਕੇ ਲਿਜਾਣਾ, ਕਦੇ ਤੁਰ ਕੇ ਜਾਣਾ, ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਯਾਰ, ਵੀ ਹਾਲਾਤ ਸਾਡਾ ਵੀ ਦਿਲ ਮੰਨ ਕੇ ਚਲੋ ਬਲੂੰਦ ਰਹਿ ਗਿਆ, ਅੱਖਾਂ ਨਮ ਹੋ ਗਈਆਂ ਨਾ ਗੱਲ ਸੁਣ ਕੇ ਵੀ ਯਾਰ, ਦੂਜਿਆਂ ਨੇ ਤਿਆਰੀ ਲਾਉਣ ਵੀ ਮੋਟਰਸਾਈਕਲ ਤੇ ਜਾਣਾ ਤੇ ਤੁਰ ਕੇ ਜਾਂ ਸਾਈਕਲ ਤੇ ਜਾਣਾ, ਕੈਂਪ 'ਚ ਉਰੋਂ ਘੱਟੋ ਘੱਟ 7-8 ਕਿਲੋਮੀਟਰ ਉੱਥੇ ਤੱਕ ਜਾਂਦਾ ਕੀ ਰਹਿ ਜੂਗਾ ਬੰਦਾ, ਜੇ ਤੂੰ ਸਾਈਕਲ ਤੇ ਵੀ ਜਾਂਦਾ ਤਾਂ ਵੀ ਬੰਦਾ ਉਹ ਐਨਰਜੀ ਖਤਮ ਹੋ ਜਾਂਦੀ ਹੈ। ਨਾਲੇ ਬਾਈ ਉੱਥੇ ਮੈਨੂੰ ਕੋਚ ਨੀ ਮੋੜਦਾ, ਕਹਿੰਦਾ ਤੂੰ ਸਾਈਕਲ ਤੇ ਆਉਂਦਾ ਤੇਰੇ ਕੋਲ ਖਾਣ ਨੂੰ ਨੀ ਕੁਛ, ਕਹਿੰਦਾ ਤੂੰ ਮੁਰਜਾ, ਤੈਨੂੰ ਕੀ ਖੜਾਵਾਂ ਯਾਰ, ਮੈਨੂੰ ਹਟਾਤਾ ਉਹਨੇ। ਅੱਛਾ ਹਟਾ, ਐਂ ਦਿਲ ਟੁੱਟਦਾ ਯਾਰ ਹਨਾ, ਵੀ ਬੰਦੇ ਕੋਲੇ ਵੀ ਤੇਰੇ ਕੋਲੇ ਖਾਣ ਨੂੰ ਕੁਛ ਨੀ, ਵੀ ਕੀ ਖਾ ਲੇ ਯਾਰ ਬੰਦਾ, ਸਾਰੇ ਪੱਤੋਂ ਝੱਲਣਾ ਪੈਂਦਾ ਯਾਰ, ਗਰੀਬੀ ਬਹੁਤ ਭੈੜੀ ਚੀਜ਼ ਆ। ਚਲੋ ਜੀ, ਜਿਹੜਾ ਬੰਦਾ ਮਦਦ ਨਹੀਂ ਕਰ ਸਕਦਾ ਨਾ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਕਿਸੇ ਮਦਦ ਕਰਨ ਵਾਲੇ ਭੈਣ ਭਰਾ ਕੋਲੇ ਪਹੁੰਚ ਜੇ ਯਾਰ, ਤੇ ਉਹ ਹੀਰੇ ਨੂੰ ਸਾਂਭ ਲੇ, ਇਹਦੀ ਪਰਖ ਕਰ ਲੇ ਬਸ, ਤੇ ਪੰਜਾਬੀਆਂ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ, ਥੋੜੇ ਜਿਹੇ ਸਾਰੇ ਦੀ ਲੋੜ ਹੈ ਇਹਨੂੰ, ਥੋੜੇ ਜਿਹੇ ਦੀ, ਵਾਲਾ ਵੀ ਨਹੀਂ, ਇੱਕ ਧੱਕਾ ਵੱਜ ਗਿਆ ਬਸ ਇਹਦਾ ਸੈਟਲਮੈਂਟ ਹੋ ਜਾਏ, ਇਹ ਬੰਦਾ ਮੁੱਲ ਮੋੜ ਦੂਗਾ ਯਾਰ, ਤੇ ਜ਼ਿੰਮੇਵਾਰੀ ਅਸੀਂ ਲੈਨੇ ਯਾਰ, ਸਾਡੇ ਛਿੱਤਰ ਮਾਰ ਲਿਓ ਆ ਕੇ ਜੇ ਬੰਦਾ ਤੁਹਾਡਾ ਮੁੱਲ ਨਾ ਪਾ ਨਾ ਪਾ, ਠੀਕ ਹੈ, ਇੰਨੀ ਜ਼ਿੰਮੇਵਾਰੀ ਅਸੀਂ ਲੈਨੇ, ਕੋਈ ਗੱਲ ਨੀ ਭਰਾ, ਦੇਖ ਜਿੰਨੀ ਮਦਦ ਲੈ ਕੇ ਅਸੀਂ ਹੋਏ ਹਨਾ, ਜਿੰਨਾ ਵੀ ਹੋਇਆ ਅਸੀਂ ਜ਼ਰੂਰ ਕਰਾਂਗੇ ਤੇਰੇ ਵਾਸਤੇ, ਠੀਕ ਹੈ, ਪਰ ਹੋਰ ਕੋਈ ਵੀ ਭਰਾ ਜੇ ਕੋਈ ਸੇਵਾ ਕਰਨੀ ਹੈ, ਇਹ ਜੇ ਬੰਦੇ ਨਹੀਂ ਕਰਿਆ, ਹੋਰ ਥਾਂ ਤੇ ਹਨਾ ਲੰਬੇ ਲੰਬੇ ਵੱਡੇ ਲੰਗਰ ਲਾ ਕੇ ਦਾਨ ਕਰਕੇ ਤੇ ਕੋਈ ਫਾਇਦਾ ਨਹੀਂ ਹੈ, ਇੱਥੇ ਲੋੜ ਹੈ ਇਹੀ ਹੈ, ਇਹੋ ਜੇ ਬੰਦਿਆਂ ਨੂੰ ਸਾਂਭਣ ਦੀ ਲੋੜ ਆ, ਠੀਕ ਹੈ, ਜਿਹਨੂੰ ਕੋਈ ਨਸ਼ਾ ਪਤਾ ਨਹੀਂ, ਜ਼ਿੰਦਗੀ ਤੋਂ ਅੱਕ ਕੇ ਵੀ ਕੋਈ ਉਹ ਨਹੀਂ ਗੇਲਾ ਸ਼ੱਕ ਬਣੀ ਹੈ, ਠੀਕ ਹੈ, ਪਰ ਦੁੱਖ ਕਿੱਥੇ ਰੋਇਆ ਦੇਖ, ਵੀ ਤਾਨੇ ਵੱਜਦੇ ਯਾਰ ਮੂਹਰੋਂ, ਕਹਿੰਦਾ ਤੂੰ ਤੈਨੂੰ ਮੈਂ ਕੀ ਕਬੱਡੀ ਖੜਾਵਾਂ ਯਾਰ, ਤੂੰ ਕਹਿੰਦਾ ਤੁਰ ਕੇ ਤੂੰ ਆਉਣਾ ਹੈ, ਵੀ ਔਖਾ ਯਾਰ। ਚਲੋ ਜੀ ਫਿਰ, ਠੀਕ ਹੈ, ਠੀਕ ਹੈ, ਬੇਨਤੀ ਆ, ਸ਼ਬਦ ਹੀ ਹੈ ਨਹੀਂ ਯਾਰ ਮੇਰੇ ਕੋਲ ਤਾਂ ਹੋਰ ਕੋਈ, ਤੇ ਬੇਨਤੀ ਆ ਭਰਾ ਬਣ ਕੇ ਜ਼ਰੂਰ ਮਦਦ ਕਰਿਓ ਯਾਰ, ਜੇ ਕੋਈ ਬੰਦਾ ਕਰ ਸਕਦਾ, ਤੇ ਬਾਈ ਦਾ ਨੰਬਰ ਦੇ ਦਿੰਦੇ ਆ।